ਕੋਰੀਆ ਚੰਗਾ ਕੋਰੀਆ ਚੰਗਾ ਚਲੋ ਜੀ ਰੋਲ ਚਲੋ ਜੀ ਰੋਲ ਬਾਈ ਜੀ ਕੀ ਨਾਮ ਆ ਕਿੱਥੋਂ ਦੇ ਰਹਿਣ ਵਾਲੇ ਬਲ ਬਾਈ ਬਲਵਿੰਦਰ ਸਿੰਘ ਨਾਮ ਆ ਜੀ ਮੇਰਾ ਮੈਂ ਪਿੰਡ ਗੰਦਰ ਦੇ ਰਹਿਣ ਵਾਲਾ ਹਾਂ ਅੱਛਾ ਨੌਦੀਪ ਕੌਰ ਦੇ ਨਾਲ ਕੀ ਮਤਲਬ ਹੋਇਆ ਕੀ ਆ ਤੁਹਾਨੂੰ ਕੀ ਪਤਾ ਲੱਗਿਆ ਨੌਦੀਪ ਕੌਰ ਦੇ ਨਾਲ ਜੀ ਅਸੀਂ 8-9 ਤੇ 10 ਤਰੀਕ ਦੇ ਵਿੱਚ ਅਸੀਂ ਉੱਥੇ ਸੀ ਜ ਦਿੱਲੀ ਸਿੰਘੂ ਬਾਰਡਰ ਤੇ ਜੋ ਕਿ ਸਿੰਘੂ ਬਾਰਡਰ ਤੇ ਉੱਥੇ ਸਟੇਜ ਲੱਗੀ ਹੋਈ ਹੈ ਉਸ ਤੋਂ ਤਕਰੀਬਨ 400 ਜਾਂ 300 ਕਿਲੋ 300 ਮੀਟਰ ਦੇ ਦਾਇਰੇ ਵਿੱਚ ਪਿੱਛੇ ਹਟ ਕੇ ਇਹਨਾਂ ਨੇ ਆਪਣਾ ਤੰਬੂ ਲਾਇਆ ਹੋਇਆ ਸੀ ਜੀ ਉੱਥੇ ਜੋ ਇਹ ਆਪਣੇ ਆਰਟੀਕਲ ਬਣਾ ਕੇ ਇਸ਼ਤਿਹਾਰ ਲਾਉਂਦੇ ਹੁੰਦੇ ਸੀ ਜਾਂ ਵੰਡਦੇ ਹੁੰਦੇ ਸੀ ਜੀ ਇਸ ਸੰਘਰਸ਼ ਦੇ ਕਿਸਾਨਾਂ ਦਾ ਇਸ ਸੰਘਰਸ਼ ਵਿੱਚ ਉਹਨਾਂ ਦੀ ਫੁੱਲ ਸਪੋਰਟ ਸੀ ਜੀ ਬੱਚਿਆਂ ਦੀ ਠੀਕ ਹੈ ਤੇ ਫਿਰ ਉਸ ਤੋਂ ਬਾਅਦ फिर उस ਤੋਂ ਬਾਅਦ ਜੀ ਇਹ ਇਹ ਉਸ ਉੱਥੇ ਇੱਕ ਬਲਬ ਐਲਈਡੀ ਬਲਬ ਬਣਾਉਂਦੇ ਜੀ ਕੋਈ ਉੱਥੇ ਇੰਨਾ ਹੀ ਲਾਕਡਾਊਨ ਤੋਂ ਪਹਿਲਾਂ ਲੱਗੀ ਹੋਈ ਸੀ ਜੀ ਉੱਥੇ ਕੋਈ ਜੌਬ ਕਰਦੀ ਸੀ ਇਹ ਜੋ ਕੋਈ 8-9000 ਰੁਪਏ ਦੀ ਤਨਖਾਹ ਦੇ ਮਹੀਨੇ ਦੇ ਹਿਸਾਬ ਨਾਲ ਕਰਦੀ ਸੀ ਅੱਥੇ ਜਦ ਜਦੋਂ ਤੋਂ ਇਹ ਅੰਦੋਲਨ ਸ਼ੁਰੂ ਹੋਇਆ ਕਿਸਾਨੀ ਅੰਦੋਲਨ ਉਹ ਉਸ ਵੇਲੇ ਇਹਨਾਂ ਨੂੰ ਉੱਥੇ ਰਿਜ਼ਾਈਨ ਉਹਨਾਂ ਨੇ ਰਿਜ਼ਾਈਨ ਕਰ ਦਿੱਤਾ ਗਿਆ ਜੀ ਹਟਾ ਦਿੱਤਾ ਗਿਆ ਜੀ ਤੇ ਉਹ ਕਾਰਨ ਕਿਉਂ ਕਾਰਨ ਕਾਰਨ ਇਹ ਸੀ ਜੀ ਕਿ ਕਿਸਾਨੀ ਅੰਦੋਲਨ ਦੇ ਵਿੱਚ ਜਾ ਕੇ ਬੈਠਦੇ ਆ ਜੀ ਉਹਨਾਂ ਦੀ ਹਮਾਇਤ ਕਰਦੇ ਆ ਉਸ ਰੋਸ ਤੇ ਜੀ ਇਹਨਾਂ ਨੂੰ ਬੱਚਿਆਂ ਨੂੰ ਹਟਾ ਦਿੱਤਾ ਗਿਆ ਸੀ ਫੈਕਟਰੀ ਚ ਫੈਕਟਰੀ ਚ ਜੀ ਫਿਰ ਉਸ ਤੋਂ ਬਾਅਦ ਫਿਰ ਉਸ ਤੋਂ ਬਾਅਦ ਜੀ ਇਹ ਇਹਨਾਂ ਨੇ ਕੀ ਜੋ ਇਹਨਾਂ ਦੇ ਉੱਥੇ ਬਕਾਇਆ ਪੈਸੇ ਰਹਿੰਦੇ ਸੀ ਜੀ ਉਹਦੀ ਮੰਗ ਲਈ ਇਹਨਾਂ ਨੇ ਕੁਝ ਜੋ ਉੱਥੇ ਮਜ਼ਦੂਰ ਸੀ ਉਹਨਾਂ ਇਕੱਠੇ ਹੋ ਗਏ ਉੱਥੇ ਗਏ ਸੀ ਇਹਨਾਂ ਨੇ ਆਪਣੀ ਮੰਗ ਰੱਖੀ ਸਾਡੇ ਪੈਸੇ ਦਿੱਤੇ ਜਾਣ ਉੱਥੇ ਜਾ ਕੇ ਜੀ ਅੱਗੇ ਕੀ ਉਹ ਫੈਕਟਰੀ ਵਾਲਿਆਂ ਨੇ ਕੋਈ ਗੁੰਡੇ ਬੁਲਾਏ ਹੋਏ ਸੀ ਪੁਲਿਸ ਦੀ ਵਰਦੀ ਦੇ ਵਿੱਚ ਕਹਿ ਕੇ ਲੋ ਜਾਂ ਪੁਲਿਸ ਵਾਲੇ ਸੀ ਇਹ ਨਹੀਂ ਪਤਾ ਜੀ ਉਹਨਾਂ ਨੇ ਅੱਗੋਂ ਜੀ ਉਹਨਾਂ ਨੂੰ ਕੁੱਟ ਮਾਰ ਕੇ ਭਜਾਇਆ ਗਿਆ ਸਾਰੇ ਭੱਜ ਗਏ ਇਹ ਲੜਕੀ ਜਦੋਂ ਆ ਕੇ ਆਪਣੇ ਉੱਥੇ ਜੋ ਉਹਨਾਂ ਨੇ ਤੰਬੂ ਸੀਗਾ ਉਸ ਦੇ ਵਿੱਚ ਆਏ ਤੇ ਇਹ ਇਹਨਾਂ ਨੇ ਕੀ ਉੱਥੋਂ ਉਹਨੂੰ ਅਰੈਸਟ ਕਰ ਲਿਆ ਗਿਆ ਇਸ ਬੱਚੀ ਨੂੰ ਅੱਛਾ ਠੀਕ ਹੈ ਹੁਣ ਮੰਗ ਕੀ ਹੈ ਤੁਹਾਡੀ ਸਰਕਾਰ ਦੀ ਸਾਡੀ ਮੰਗ ਹੀ ਹੈ ਜੀ ਸਰਕਾਰ ਤੋਂ ਅਸੀਂ ਇਹ ਮੰਗ ਕਰਦੇ ਹਾਂ ਜੀ ਇਸ ਬੱਚੀ ਨੂੰ ਜਲਦ ਤੋਂ ਜਲਦ ਰਹਾ ਕੀਤਾ ਜਾਵੇ ਜੀ ਇਧਰ ਹੀ ਦੇਖਣਾ ਤੁਸੀਂ ਗੁਰਬਾਜ ਸਿੰਘ ਆਏ ਇੱਕ ਮਿੰਟ ਕੀ ਨਾਮ ਆ ਤੇ ਕਿਹੜਾ ਪਿੰਡ ਪੂਰਾ ਦੱਸ ਦਿਓ ਪਹਿਲਾਂ ਗੰਦੜ ਪਿੰਡ ਆ ਨਾਮ ਮੇਰਾ ਗਰਬਾਜ ਸਿੰਘ ਹੂੰ ਤੇ ਕੀ ਇਹ ਗੱਲਬਾਤ ਕੀ ਹੋਈ ਆ ਨੌਦੀਕ ਕੋਰਨਰ ਇਹ ਲੜਕੀ ਸੀਗੇ ਘਰੋਂ ਗਰੀਬ ਕਰਦੇ ਸੀਗੇ ਕੋਸ ਤਾਂ ਮਜ਼ਦੂਰੀ ਕਰਦੇ ਸੀਗੇ ਉਹ ਸੋਤੇ ਵੀ ਫੈਕਟਰੀ ਸੀ ਬਲਬਾਂ ਵਾਲੀ ਉੱਥੇ ਉਹਨੇ ਕਿੰਨੀ ਮਿਹਨਤ ਕਰਕੇ ਆਪਣੀ ਫੀਸਾਂ ਦਾ ਬਿਲਾ ਬਣਾਇਆ ਸੀਗਾ ਸ਼ਿੰਗਾਰ ਕਦੋਂ ਆ ਸ਼ਿੰਗਾਰ ਚ ਚੱਲਿਆ ਉਸ ਤੋਂ ਬਾਅਦ ਉਹਨਾਂ ਨੇ ਉੱਥੇ ਸ਼ਿੰਗਾਰ ਚ ਦੇ ਨਾਲ ਸਪੋਰਟ ਕੀਤੀ ਆ ਉਹ ਫੈਕਟਰੀ ਵਾਲਿਆਂ ਨੇ ਉਹਨਾਂ ਨੂੰ ਕਿਤੇ ਆਖਤਾ ਵੀ ਜੇ ਸ਼ਿੰਗਾਰ ਚ ਜਾਣਾ ਤਾਂ ਤੁਸੀਂ ਵੀ ਇੱਥੋਂ ਬਾਹਰ ਹੋ ਜਾਓ ਉਹਨਾਂ ਦੇ ਬਕਾਇਆ ਸੀ ਕਿਹੜਾ ਪੈਸਾ ਮੰਗਣ ਗਏ ਉਹਨਾਂ ਨੇ ਨਾਂ ਦਿੱਤੇ ਉਤੋਂ ਗੁੰਡੇ ਗੰਡੇ ਜਦ ਸੱਤ ਕੇ ਦੂਸਰੀ ਵਾਰ ਗਏ ਕਿਦੋਂ ਸਟੇਜ ਤੇ ਕੋਈ ਬੋਲਦੀ ਹੁੰਦੀ ਸੀ ਆਪਣੇ ਸਿੰਘੂ ਬਾਟਰ ਤੇ ਤੇ ਉੱਥੇ ਅਸੀਂ ਤਾਂ ਸੀਗੇ ਸੀਗੇ ਬੇਟੀ ਸੀ ਪਿੰਡ ਦੀ ਉਦੋਂ ਬਾਅਦ ਸਾਨੂੰ ਉਸ ਦਿਨ ਦਾ ਪਤਾ ਨਹੀਂ ਲੱਗਾ ਕਿਦੋਂ ਉਹਨੂੰ ਫੜ ਕੇ ਲੈ ਗਿਆ ਉਦੋਂ ਬਾਅਦ ਸਾਨੂੰ ਪਤਾ ਲੱਗਾ ਵੀ ਇਹ ਸਾਡੇ ਪਿੰਡ ਦੀ ਬੇਟੀ ਹੈ ਵੀ ਇਹਨੂੰ ਲੈ ਕੇ ਫੜ ਕੇ ਉਹ ਜੋ ਸਟੇਜ ਤੇ ਪ੍ਰਚਾਰ ਕਰਦੀ ਹੁੰਦੀ ਸੀ ਸਾਰੇ ਜਣੋ ਇਹ ਗੱਲਾਂ ਦਾ ਸਾਨੂੰ ਪਤਾ ਇਹ ਪਿੰਡ ਦੇ ਪਰਿਵਾਰ ਦੇਖ ਲਓ ਤੁਸੀਂ ਮਿਹਨਤ ਕਸਬਾ ਪਰਿਵਾਰ ਹੈ ਇਹ ਤੇ ਉਹਦੇ ਨਾਲ-ਨਾਲ ਆਪਦੀ ਪੜ੍ਹਾਈ ਕਰਦੇ ਸੀਗੇ ਨਾਲੇ ਮਿਹਨਤ ਕਰਦੇ ਸੀਗੇ ਤੇ ਉਹ ਘਰ ਦਾ ਖਰਚਾ ਤਿੰਨ ਕੁੜੀਆਂ ਚਾਰ ਕੁੜੀਆਂ ਛੇ ਬੱਚੇ ਆ ਸਾਰੇ ਇਹਨਾਂ ਦੇ ਤੇ ਵੀ ਐਡੋ ਐਡ ਮਾੜਾ ਮੋਟਾ ਆਪਦਾ ਰੋਟੀ ਦਾ ਬਿਲਾ ਬਣਾ ਕੇ ਨਾਲ-ਨਾਲ ਪੜ੍ਹਾਈ ਕਰਦੇ ਸੀਗੇ ਠੀਕ ਹੈ ਜੀ ਹੁਣ ਇਨਸਾਫ ਲਈ ਕੀ ਮੰਗ ਕਰੂਗਾ ਅਸੀਂ ਆਦੇ ਵੀ ਸਰਕਾਰਾਂ ਜਿਹੜੀਆਂ ਜਲ ਤੋਂ ਜਲ ਹਰਿਆਕ ਕੀਤਾ ਜਾਵੇ ਤੇ ਜ세 ਬੰਦਿਆਂ ਨੂੰ ਵੀ ਇਹਦੀ ਸਪੋਰਟ ਫੁੱਲ ਕੀਤੀ ਜਾਵੇ ਮੰਜ਼ੂਰ ਸੰਘਰਸ਼ ਕਮੇਟੀ ਤੋਂ ਪਹਿਲਾਂ ਇਹਨਾਂ ਦੀ ਮਾਤਾ ਸਾਡੇ ਨਾਲ ਜਾਂਦੀ ਰਹੀ ਹੈ। ਹਾਂ ਠੀਕ ਹੈ। ਹਾਂ ਤੇ ਉਹ ਲਾਈਨ ਤੇ ਬੱਚੇ ਲੱਗੇ ਸੀਗੇ ਜਿਉ ਉਹ ਕੋਈ ਗੁਨਾਹ ਤਾਂ ਨਹੀਂ ਕੀਤਾ ਬੱਚਾ ਨੇ ਨਾਲ ਉਹ ਤੇ ਸਪੋਰਟ ਦਿੱਤੀ ਸੀ ਕਿਸਾਨਾਂ ਨੂੰ। ਠੀਕ ਹੈ। ਹਾਂ ਕੀ ਨਾ ਜੀ ਕੀ ਕੱਟਣਾ ਹੋਈ ਥੋਡੀ ਬੇਟੀ ਦੇ। ਕਿੱਥੇ ਹੋਈ? ਮੇਰਾ ਨਾਮ ਸਵਰਨਜੀਤ ਆ ਬੇਟੀ ਦਾ ਨਾਮ ਦੀਪਕਾਰ। ਪਿੰਡ ਗਦਨੜਾ ਜ਼ਿਲ੍ਹਾ ਮਕਸਰ ਸਾਹਿਬ। ਨੋ ਦੀਪਕ ਨੂੰ ਕੱਟਣਾ ਹੋਈ ਹੈ ਜੀ ਕੀ ਕੱਟਣਾ ਹੋਈ ਹੈ? ਕਿੱਥੇ ਹੋਈ ਉਹ ਦਿੱਲੀ ਸਿੰਕੂ ਬਾਰਡਰ ਤੇ ਵੀ ਉਹ ਜਿਹੜਾ ਹਰਿਆਣੇ ਦੇ ਬਾਰਡਰ ਆ ਉਥੇ ਕੰਪਨੀ ਚ ਕੰਮ ਕਰਦੇ ਸੀਗੇ ਲੜੀ ਬਲਬ ਬਣਦੇ ਜਿੱਥੇ ਵੀ ਨਾਲ ਨਾਲ ਉਹ ਚਾਹੁੰਦੇ ਸੀ ਵੀ ਅਸੀਂ ਪੜ ਲਗੇ ਨਾਲੇ ਕੋਈ ਆਪਦਾ ਖਰਚਾ ਨਿਕਲਾਊਗਾ ਵੀ ਘਰ ਦੀ ਸਾਡੀ ਹਾਲਤ ਠੀਕ ਨਹੀਂ ਮਜ਼ਦੂਰ ਹੁਣ ਕਿੰਨੀ ਕੁ ਵੀ ਇਹਨਾਂ ਦਾ ਪਿਆ ਇਹ ਡੈਡੀ ਕਿੰਨੇ ਕੁ ਪੈਸੇ ਦੇ ਸਕਦਾ ਸਾਰੇ ਬੱਚੇ ਪੜਦੇ ਆ ਕਿੰਨੇ ਭੈਣਾਂ ਸਰਾਜੀ ਚਾਰ ਬੇਟੀਆਂ ਦੋ ਬੇਟੇ ਆ ਕਿੰਨੇ ਸਮੇਂ ਤੋਂ ਉਧਰ ਕਿਸੇ ਕੰਪਨੀ ਚ ਕੰਮ ਕਰਦੀ ਸੀ ਹਾਂਜੀ ਕੰਪਨੀ ਚ ਕੰਮ ਕਰਦੇ ਸੀ ਹਾਂਜੀ ਕਿੰਨੇ ਸਮੇਂ ਤੋਂ ਕੰਮ ਕਰ ਰਹੇ ਸੀ ਉੱਥੇ ਤਿੰਨ ਚਾਰ ਮਹੀਨੇ ਹੋਏ ਐ ਸਰ ਉਹਨਾਂ ਨੇ ਪਹਿਲਾਂ ਹਟਾ ਕਿਉਂ ਦਿੱਤਾ ਗਿਆ ਤੁਸੀਂ ਹਟਾਓ ਧਰਨੇ ਦੇ ਵਿੱਚ ਸ਼ਾਮਿਲ ਕੀ ਹੋਏ ਸੀ ਕੁਝ ਮਜ਼ਦੂਰਾਂ ਦਾ ਨੇ ਸੰਘਟਨ ਬਣਾ ਲਿਆ ਸੀ ਵੀ ਜਿਹੜੇ ਸਾਡੇ ਪੈਸੇ ਰਹਿੰਦੇ ਦਿੰਦੇ ਨਹੀਂ ਸੀਗੇ ਜਦੋਂ ਕਿਸਾਨਾਂ ਦਾ ਧਰਨਾ ਹੋਇਆ ਉੱਥੇ ਉਹਨਾਂ ਨੇ ਵਿੱਚ ਹੈਲਪ ਤੇ ਉੱਥੇ ਹੀ ਸੀਗੇ ਜਦੋਂ ਸਿੰਘੂ ਮੋਰਚੇ ਦੇ ਬਾਹਰ ਚ ਹੀ ਉੱਥੇ ਹੀ ਫੈਕਟਰੀਆਂ ਉਹਨਾਂ ਦੀ ਉਹ ਬੰਦ ਹੋ ਗਈਆਂ ਸੀ ਜਦੋਂ ਉੱਥੇ ਜਾਦੀ ਇਕੱਠ ਹੋ ਗਿਆ ਕਿਸਾਨਾਂ ਦਾ ਇਸ ਕਰਕੇ ਉਹਨਾਂ ਨੂੰ ਕਿਹਾ ਗਿਆ ਵੀ ਜਾਂ ਤਰ ਜਾਨ ਦੇ ਦਿਓ ਉਹਨਾਂ ਨੇ ਰਜਾਈਨ ਦੇ ਤਰ ਜਾਨ ਦੇਣ ਤੋਂ ਬਾਅਦ ਜੋ ਉਹਨਾਂ ਨੇ ਕਿਹਾ ਸਾਡੇ ਪੈਸੇ ਨਹੀਂ ਮੰਗ ਕ ਸਿਰ ਪੈਸੇ ਦਿਓ ਜਦੋਂ ਬਾਹਰ ਰੋਕ ਕੇ ਗਿਆ ਵੀ ਸਾਡਾ ਧਰਨਾ ਲੱਗਿਆ 14-1500 ਮਜ਼ਦੂਰ ਸੀਗਾ ਇਕੱਠ ਵੀ ਕਿਸਾਨੀ ਮੋਰਚੇ ਦੇ ਵਿੱਚ ਵੀ ਹੈਲਪ ਕਰਦੇ ਸੀ ਉਹ ਤੇ ਬੋਲਦੇ ਵੀ ਸੀ ਇਕੱਠਾਂ ਦੇ ਵਿੱਚ ਇਸੇ ਕਰਕੇ ਟਾਰਗੇਟ ਕਰਕੇ ਉਹਨੂੰ ਚੱਕਿਆ ਗਿਆ ਕਿਸੇ ਜਦੋਂ ਉਹਨੂੰ ਅਰੈਸਟ ਕੀਤਾ ਗਿਆ ਉਹਦੇ ਨਾਲ ਉਹਦੇ ਸਾਥੀ ਸੀ ਜਾਂ ਕੋਈ ਨਾਲ ਹੋਰ ਹਾਂਜੀ ਸੀਗੇ ਲੋਕਲ ਦੇ ਵੀ ਸੀ ਕੁਝ ਵੀ ਜਿਵੇਂ ਦਿੱਲੀ ਯੂਨੀਵਰਸਿਟੀ ਵਿੱਚ ਪੜ੍ਹਦੇ ਆ ਸਟੂਡੈਂਟ ਜਾਂ ਹਰਿਆਣੇ ਦੇ ਆ ਤੇ ਕੱਲੀ ਨੌਦੀਪ ਨੂੰ ਅਰੇਸਟ ਐ ਐਸੇ ਕੁੱਟਾਂ ਮਾਰੀ ਹੁੰਦੀ ਸੀ ਉਹਨਾਂ ਦੇ ਲੋਕਲ ਗੁੰਡੇ ਸੀ ਕੁਝ ਪੁਲਿਸ ਸੀਗੀ ਲੜਾਈ ਦੇ ਵਿੱਚ ਵਿੱਚ ਹੀ ਉਹਨੂੰ ਨੌਦੀਪ ਨੂੰ ਕੱਲੀ ਨੂੰ ਚੱਕ ਕੇ ਉਹੋ ਤੋਰ ਕੇ ਸੀਗੀ ਕਿਹੜੀਆਂ ਤਰਾਵਾਂ ਦੇ ਤਹਿਤ ਮਾਮਲਾ ਦਰਜ ਹੋਇਆ ਤੇ ਤੁਹਾਨੂੰ ਕਿਵੇਂ ਪਤਾ ਲੱਗਿਆ ਵੀ ਨੌਦੀਪ ਨੂੰ ਅਰੇਸਟ ਕਰ ਲਿਆ ਸਨ 12 ਤਰੀਕ ਨੂੰ 12 ਵਜੇ ਚੱਕਿਆ ਸੀ ਉਹਨਾਂ ਨੇ ਤੇ ਰਾਤ ਨੂੰ ਰਾਜਵੀਰ ਕੌਰ ਉਹਦੀ ਵੱਡੀ ਜਿਹੜੀ ਸਿਸਟਰ ਆ ਦਿੱਲੀ ਯੂਨੀਵਰਸਿਟੀ ਪੀ ਐਚ ਡੀ ਕਰੀ ਜਾਂਦੇ ਉਹਨੂੰ ਪਤਾ ਲੱਗਿਆ ਸੀਗਾ ਉਹਨਾਂ ਨੇ ਇਸ ਟਾਈਮ ਘੱਟਕੁੱਟ ਮਾਰ ਕੇ ਉਹ ਮਗਰ ਛਡਾਉਣ ਦੀ ਕੋਸ਼ਿਸ਼ ਕੀਤੀ ਜਾਂ ਪਤਾ ਕਰਨ ਦੀ ਕੋਸ਼ਿਸ਼ ਕੀਤੀ ਵੀ ਕਿੱਥੇ ਲੈ ਕੇ ਗਏ ਕਿੱਥੇ ਨਹੀਂ ਸਟੂਡੈਂਟ ਸੀਗੇ ਨਾਲ ਉਹਨਾਂ ਦੇ ਪੰਜਾਬ ਸਟੂਡੈਂਟ ਜਿਵੇਂ ਹੁਣ ਜਥੇਬੰਦੀ ਉੱਥੇ ਸਾਰੀਆਂ ਜਥੇਬੰਦੀਆਂ ਸਿੰਘੂ ਮੋਰਚੇ ਦੇ ਵਿੱਚ ਤੇ ਕਿਸਾਨਾਂ ਨੂੰ ਵੀ ਇਸ ਉਹਦੀ ਨਾਲ ਦੀ ਨਾਲ ਦੱਸਿਆ ਗਿਆ ਸੀ ਫੌਰੀ ਤੌਰ ਤੇ ਵੀ ਆਪਣੀ ਜੀ ਨੌਦੀਪ ਕਾਰਨ ਮਿੱਥੋ ਚੱਕਿਆ ਗਿਆ ਤੇ ਸਾਡੀ ਹੈਲਪ ਕਰੋ ਉਹਨਾਂ ਨੇ ਇਹ ਕਿਹਾ ਵੀ ਮੀਟਿੰਗ ਕਰਕੇ ਅਸੀਂ ਦੱਸਾਂਗੇ ਥੋੜੇ ਚਿਰ ਬਾਅਦ ਵੀ ਉਹਦੋਂ ਨੂੰ ਸ਼ਾਮ ਹੋ ਚੁੱਕੀ ਸੀ ਜਦੋਂ ਮੀਟਿੰਗਾਂ ਹੋਈਆਂ ਉਹਨਾਂ ਨੇ ਬਾਅਦ ਚੋ ਕਹਿੰਦੇ ਵੀ 26 ਵਾਲੇ ਪ੍ਰੋਗਰਾਮ ਚ ਅਸੀਂ ਵਿਜੀ ਆ ਤੇ 13 ਜਾਂ 14 ਤਿੱਕਰ ਦੇਖਾਂਗੇ ਅਸੀਂ ਬਾਅਦ ਚ ਕੋਈ ਉਹਨਾਂ ਨੇ ਉਧਰ ਕੋਈ ਜਵਾਬ ਨਹੀਂ ਆ ਰਾਜਵੀਰ ਕੋਰ ਮਿਹਨਤ ਕਰਦੀ ਰਹੀ ਆ ਆਪਦੀ ਵੀ ਮੈਂ ਸੀ ਤਾਂ ਇੱਥੇ ਸੀਗੇ ਫਿਰ ਉਹਨੇ ਭੱਜਣਾ ਸੀ ਮਗਰ ਆਪਦੀ ਭੈਣ ਦੇ ਜャ ਸਟੂਡੈਂਟ ਜਿਹੜੇ ਆਪਣੇ ਪੰਜਾਬ ਦੇ ਆ ਕਾਫੀ ਦਿਨ ਹੋ ਗਿਆ ਰਸਪੈਨ ਨੂੰ ਅਜੇ ਤੱਕ ਬੇਲ ਨਹੀਂ ہوئی ਤੁਸੀਂ ਬੇਲ ਲਈ ਅਰਜੀ ਲਗਾਈ ਹੈ ਜਾਂ ਨਹੀਂ ਹਾਂਜੀ ਲਗਾਈ ਹੈ 1 ਤਰੀਕ ਦੀ ਉਹਨਾਂ ਨੇ ਰੱਦ ਕਰਤੀ ਹੈ ਹੁਣ 8 ਤਰੀਕ ਨੂੰ ਗਏ ਰਏ ਹਾਈ ਕੋਰਟ ਦੇ ਵਿੱਚ ਤਾਂ ਨਹੀਂ ਚੱਲਿਓ ਹੁਣ ਪਤਾ ਲੱਗਿਆ ਆਂਟੀ ਕਿਉਂ ਰੱਦ ਕੀਤੀ ਆ ਕੀ ਕੀ ਇਦਾਂ ਦੀਆਂ ਧਰਾਵਾਂ ਜਿਹੜੀਆਂ ਉੱਤੇ ਲੱਗੀਆਂ ਨੇ ਜਿਹੜੀ ਉਹ ਬੇਲ ਨੂੰ ਉਹਨਾਂ ਨੇ ਰੱਦ ਕੀਤਾ ਕੋਈ ਪਤਾ ਲੱਗ ਸਕੇ ਇਸ ਬਾਰੇ ਕਾਰਨ ਤਾਂ ਇਹ ਹੀ ਆ ਵੀ ਉਹ ਜਿਹੜੇ ਬੋਲਦੇ ਹੱਕ ਸੱਚ ਦੇ ਵਾਸਤੇ ਉਹਨਾਂ ਨੂੰ ਨਹੀਂ ਉਹ ਦਬਾਉਣਾ ਚਾਹੁੰਦੇ ਆ ਜੋ ਵੀ ਫੈਕਟਰੀਆਂ ਦੇ ਮਾਲਕ ਆ ਉਹ ਮਿਲੇ ਹੋਏ ਆ ਪੁਲਿਸ ਜਾਂ ਸਰਕਾਰ ਆ ਉਥੋਂ ਦੀ ਹਰਿਆਣੇ ਦੀ ਸਰਕਾਰ ਤੁਹਾਨੂੰ ਪਤਾ ਹੀ ਖੱਟੜ ਸਰਕਾਰ ਉਹ ਸਾਰੇ ਮਿਲੇ ਹੋਏ ਆ ਵੀ ਜਿੰਨੇ ਵੀ ਸਟੂਡੈਂਟ ਆ ਇਥੋਂ ਨਿੱਖੜ ਜਾਣ ਮੋਰਚੇ 'ਚ ਪਰਚੇ ਪਾਓ ਇਹਨਾਂ ਨੂੰ ਦਬਾਓ ਘੱਟ ਮਾਰ ਕੇ ਜਿਵੇਂ ਮਰਜ਼ੀ ਕਰੋ ਵੀ ਬੰਦ ਹੋ ਜਾਣ ਵੀ ਇਹਨਾਂ ਦੀ ਹੁਣ ਐ ਛੱਡਣਗੇ ਤਾਂ ਫਿਰ ਦੂਜੇ ਹੌਸਲਾਪੂ ਵੀ ਚੱਲ ਛੁੱਟੀ ਗਿਆ ਉਹਨੂੰ ਛੱਡ ਤਾਂ ਨਹੀਂ ਛੱਡਣਾ ਚਾਹੁੰਦੇ ਹੋ ਤਾਂ ਹੀ ਹੋਏ ਤੇ ਕੇਸ ਜੇ ਪਾਈ ਹੈ ਹਾਲਾਂਕਿ ਸੱਚੋ ਇਹੀ ਸੀ ਵੀ ਉਹਦੇ ਮਿਹਨਤ ਦੇ ਪੈਸੇ ਹੀ ਮੰਗਦੇ ਸੀ ਹੋਰ ਕੋਈ ਚੱਕਰ ਨਹੀਂ ਸੀ ਆਪਦੇ ਪੈਸੇ ਖੁਦ ਦੀ ਮਿਹਨਤ ਦੇ ਹੀ ਮੰਗ ਰਹੇ ਸੀ ਕਿਸ ਕਿਸਮ ਦਾ ਕੋਈ ਤੇ ਸ਼ੱਦਦ ਵਗੈਰਾ ਤਾਂ ਨਹੀਂ ਹੋਇਆ ਕੋਈ ਇਸ ਤਰ੍ਹਾਂ ਦਾ ਕੋਈ ਸਾਹਮਣੇ ਘਟਨਾ ਤਾਂ ਨਹੀਂ ਸਾਹਮਣੇ ਆਈ ਕਿਉਂਕਿ ਉਹ ਜਦੋਂ ਅਸੀਂ ਗਏ ਆ ਰਾਜਵੀਰ ਕੌਰ ਪਹਿਲੇ ਦਿਨ ਜਦੋਂ ਮੁਲਾਕਾਤ ਹੋਈ ਉਹਨਾਂ ਨੇ ਕੱਲੇ ਇਹ ਕਿਹਾ ਵੀ ਕਰੋਨਾ ਵਾਇਰਸ ਆ ਨਾ ਤਾਂ ਫੋਨ ਕਰ ਲੰਦੇ 26 ਜਨਵਰੀ ਕਰਕੇ ਅੰਦਰੋਂ ਨਾ ਮਿਲਣ ਦਿੰਦੇ ਆ ਉਹ ਕਹਿੰਦੇ ਮੰਮੀ ਇੱਕ ਜੇ ਵੀ 15 20 ਦਿਨਾਂ ਵਿੱਚ ਇੱਕ ਬੰਦਾ ਮੁਲਾਕਾਤ ਇੱਕੀ ਦਾ ਇੱਕ ਹੋ ਸਕਦੀ ਆ ਉਹਦੇ ਵਿੱਚ ਕੱਲੀ ਰਾਜਵੀਰ ਕੌਰ ਗਈ ਆ ਕੱਪੜੇ ਦੇਖ ਕੇ ਆਈ ਉਹਦੇ ਉਹਨੇ ਮਾੜਾ ਮੋਟਾ ਉਹ ਤੋਂ ਦੱਸਿਆ ਇੰਨਾ ਪੂਰਾ ਦੱਸ ਨਹੀਂ ਸਕੇ ਕਿਉਂਕਿ ਟਾਈਮ ਥੋੜਾ ਦਿੰਦੇ ਆ ਉਹਨਾਂ ਦੱਸਿਆ ਵੀ ਮੇਰੇ ਮੈਨੂੰ ਕੁੱਟਿਆ ਗਿਆ ਬਹੁਤ ਜ਼ਿਆਦੇ ਆਦਮੀ ਜਿਹੜੇ ਚੱਕ ਕੇ ਲੈ ਗਏ ਵੀ ਜਾਨ ਸੀ ਸੀਗੇ ਲੇਡੀਜ਼ ਨਹੀਂ ਸੀ ਨਾਲ ਉਹਨਾਂ ਦੇ ਪੁੱਲਸ ਤੇ ਉਹ ਖੁਦ ਹੀ ਚੱਕ ਕੇ ਲੈ ਗਏ ਜਾਂਦਿਆਂ ਨੇ ਵੀ ਕੁੱਟਿਆ ਉੱਥੇ ਵੀ ਕੁੱਟਿਆ ਗਿਆ ਥਾਣੇ ਦੇ ਵਿੱਚ ਵੀ ਫਿਰ ਲੇਡੀਜ਼ ਨੂੰ ਵੱਖ ਕੁੱਟਿਆ ਗਿਆ ਅੰਦਰੋਂ ਕੁਝ ਕੁੜੀਆਂ ਨੇ ਕਿ ਜਿਹੜੇ ਕੋਈ ਬਾਈਲਾ ਨੇ ਉਹ ਹਰਿਆਣੇ ਦੀਆਂ ਉਹਨਾਂ ਵੱਲੋਂ ਫੋਨ ਕੀਤਾ ਗਿਆ ਸੀਗਾ ਵੀ ਨਾਉ ਦੀ ਪਕਾਰ ਦੇ ਪੈਰਾਂ 'ਚ ਖੂਨ ਆ ਰਿਹਾ ਤੇ ਉਹਦੇ ਪਿੰਡੇ ਤੇ ਬਹੁਤ ਜ਼ਖਮ ਪ੍ਰਸ਼ਾਸਨ ਤੋਂ ਜਾਂ ਤੂੰ ਕਿਆ ਸੁਦੇਮੀ ਹੁਣ ਕੀ ਮੰਗ ਕਰਦੇ ਆ ਤੁਸੀਂ ਸਮਾਜ ਸੇਵੀ ਜਾਂ ਕੋਈ ਹੋਰ ਕਿਸੇ ਤੋਂ ਮੰਗ ਕਰਦੇ ਅਸਟਾਈ ਮੰਗ ਕਰਦੇ ਵੀ ਉਹਦੀ ਹਰਪ ਕੀਤੀ ਜਾਵੇ ਸਨਾਨ ਦੇ ਨਾਲ ਤੁਰੀ ਫਿਰੀ ਰਾਜਵੀਰ ਕੌਰ ਵੀ ਸਾਡੀ ਹੈਲਪ ਕੀਤੀ ਜਾਵੇ ਉਹ ਚਿੱਠੀਆਂ ਲਿਖਨਾ ਗਈਆਂ ਐਸਪੀ ਨਾਲ ਵੀ ਡਾਕਟਰ ਦਰਸ਼ਨਪਾਲ ਨੇ ਮੀਟਿੰਗ ਕੀਤੀ ਸ਼ਾਇਦ ਨੌਂ ਦੀਪ ਦੇ ਵਿਸ਼ੇ ਤੇ ਵੀ ਇਹਨੂੰ ਛੱਡਿਆ ਜਾਵੇ ਉਸ ਤੋਂ ਬਾਅਦ ਮੈਡੀਕਲ ਹੋਇਆ ਉਹਦਾ ਮੈਡੀਕਲ ਰਿਪੋਰਟ ਦੇ ਵਿੱਚ ਸੱਟਾਂ ਨੂੰ ਇਹ ਵੇਖੋ 12 ਤਰੀਕ ਦਾ ਚੱਕਿਆ 25 ਤਰੀਕ ਨੂੰ ਮੈਡੀਕਲ ਹੋਇਆ ਉਹਦੇ ਵਿੱਚ ਹਜੇ ਵੀ ਉਹ ਉਸ ਟਾਈਮ 55 ਨੰਬਰ ਰਿਪੋਰਟ ਦੇ ਵਿੱਚ ਪਰਿਵਾਰ ਮਿਲਿਆ ਜੀ ਨੌਦੀਪ ਕੌਰ ਨੂੰ ਹਜੇ ਤੱਕ ਕਿੰਨੀ ਮਿਲ ਨਹੀਂ ਦਿੱਤਾ ਜਾ ਨਹੀ ਜੀ ਉਹ ਕਹਿੰਦੇ ਵੀ 15 20 ਦਿਨ ਚੈੱਕ ਹੀ ਮਿਲ ਸਕਦਾ ਉਹਦੇ ਵਿੱਚ ਫਿਰ ਰਾਜਵੀਰ ਕੱਪੜੇ ਦੇ ਆਈ ਸੀ ਜਾਮ ਕੇ ਹੀ ਲਸਾਈਨ ਕਰਾ ਕੇ ਆਏ ਉਹਦੇ ਵੀ ਜਿੱਦੇ ਮੈਂ ਹਸਪੀਟਲ ਲੈ ਕੇ ਆਇਆ ਪਿਛਲੇ ਦਰਵਾਜ਼ੇ ਵਿੱਚ ਦੀ ਲੋਕਲ ਗੱਡੀ ਉਹਨਾਂ ਦੀ ਆਪਦੀ ਸੀ ਉਹਦੇ ਵਿੱਚ ਲੈ ਕੇ ਉਧਰ ਹੀ ਸਾਨੂੰ ਵੀ ਮਿਲਣ ਨਹੀਂ ਦਿੱਤਾ ਸੀ ਗਏ ਸਾਂ ਵੇਸੀ ਤੁਹਾਨੂੰ ਹਜੇ ਤੱਕ ਵੀ ਕੋਈ ਉਹਨਾਂ ਦੇ ਪਰਿਵਾਰ ਨੂੰ ਦਿਖਾਇਆ ਵੀ ਹੋਵੇ ਜਾਂ ਵੈਸੀ ਵੀ ਨਹੀਂ ਜੇ ਅਸੀਂ ਨਹੀਂ ਮਿਲ ਸਕੇ ਸਾਨੂੰ ਚਾਹਖ ਸੀ ਸ਼ਾਇਦ ਇੱਕ ਤਰੀਕ ਨੂੰ ਵੀ ਉਹ ਜਵਾਨ ਤਾਂ ਹੋ ਜੂਗੀ ਵਿਚਾਲ ਅਸੀਂ ਜਾਵਾਂਗੇ ਨਾਲੇ ਇਹਨੂੰ ਵੇਖ ਆਵਾਂਗੇ ਨਾਲ ਲੈ ਆਵਾਂਗੇ ਵੀ ਆਏ ਕਰਕੇ ਮਜ਼ਦੂਰ ਹੈਗੇ ਆਂ ਵੀ ਉਹਦੇ ਵੀ ਅਸੀਂ ਇੱਧੇ ਗਏ ਆਂ ਅਸੀਂ ਬਸ ਦਾ ਕਿਰਾਇਆ ਲੁੱਕ ਵੀ ਗਏ ਆਂ ਮੁਕਸਰੋਂ ਵਾਸਤੇ 1000 ਰੁਪਏ ਇੱਕ ਬੰਦੇ ਦੀ ਟਿਕਟ ਲੱਗਦੀ ਹੈ ਜੇ ਜਾਗੇ ਤਾਂ ਸਪੈਸ਼ਲ ਬੰਦੀ ਵਾਲਾ ਕੋਈ ਵੀ ਨਹੀਂ ਆਇਆ ਨਹੀਂ ਹਲੇ ਟਿੱਕਰ ਤਾਂ ਕੋਈ ਨਹੀਂ ਆਇਆ ਹੁਣ ਜਿਵੇਂ ਖਬਰਾਂ ਲੱਗੀਆਂ ਜਾਂਦੀਆਂ ਵੀ ਉਸ ਲੱਗਦਾ ਵੀ ਸ਼ਾਇਦ ਹੋ ਸਕਦਾ ਸਾਡੀ ਸੁਣਵਾਈ ਹੋ ਜੇ ਸਾਨੂੰ ਕਿਸੇ ਚੀਜ਼ ਦੀ ਕੋਸ਼ਿਸ਼ ਨਹੀਂ ਸਾਨੂੰ ਹੈਲਪ ਦੀ ਛੱਡੀ ਐ ਨਾ ਹੀ ਐ ਵੀ ਉਹਦੇ ਕੇਸ ਰੱਦ ਹੋ ਜਾਣ ਸਾਡੀ ਬੇਟੀ ਦੀ ਜਵਾਨਤ ਹੋ ਜੇ ਤੇ ਤਾਂ ਅਸੀਂ ਵੇਖ ਸਕ ਗਏ ਉਹਦੀ ਉਹ 23 24 ਸਾਲ عمر ਆ ਉਹਦਾ 96 ਦਾ ਜਨਮ ਆਦਾ ਮੇਰਾ ਨਾਮ ترسےم ਸਿੰਘ ਖੁੰਡੇਹ ਲਾਲ ਮੈਂ ਪੰਜਾਬ ਖੇਤ ਮਜ਼ਦੂਰੀ ਯੂਨੀਅਨ ਦਾ ਜਿਲ੍ਹਾ ਜਨਰਲ ਸੈਕਟਰੀ ਆ ਤਸੀਮ ਜੀ ਘਟਨਾ ਕੀ ਹੋਈ ਆ ਲੱਗਤੀ ਆ ਜਿਹੜੀ ਪਿੰਡ ਗੰਦਰ ਦੀ ਆ ਉਹ ਹਰਿਆਣਾ ਸਿੰਘੂ ਮੋਟਰ ਤੋਂ ਪੁਲਿਸ ਵਾਲਕੀ ਉਹਦੇ ਤੇ ਐਫ ਆਈ ਆਰ ਦਰਜ ਕੀਤੀ ਗਿਆ ਕੀ ਆ ਮਾਮਲਾ ਕੀ ਹੋਇਆ ਬੀਰ ਜੀ ਮਾਮਲਾ ਇਹ ਹੈ ਵੀ ਜੋ ਨੋਦੀਪ ਕੌਰ ਆ ਉੱਥੇ ਇੰਡਸਟਰੀ ਏਰੀਆ ਚ ਫੈਕਟਰੀਆਂ ਚ ਜੋ ਮਜ਼ਦੂਰ ਕੰਮ ਕਰਦੇ ਉਹਨਾਂ ਨਾਲੋਂ ਮਜ਼ਦੂਰਾਂ ਦੇ ਤੌਰ ਤੇ ਕੰਮ ਕਰਦੀ ਸੀ ਤੇ ਉਹ ਮਜ਼ਦੂਰ ਲਗਾਤਾਰ ਜਿਹੜਾ ਉਸ ਸਿੰਗੂ ਬਾਰਡਰ ਤੇ ਮੋਰਚਾ ਲੱਗਿਆ ਸੀਗਾ ਉਹਦੇ 'ਚ ਵੀ ਆਪਦੀ ਹਾਜ਼ਰੀ ਭਰਦੇ ਸੀ ਤੇ ਨਾਲ ਉਹ ਸਿੰਗੂ ਮੋਰਚਾ ਲੱਗਣ ਕਾਰਨ ਜਿੰਨੀ ਫੈਕਟਰੀਆਂ 'ਚ ਬੰਦ ਹੋ ਗਈਆਂ ਤੇ ਜਦੋਂ ਮਜ਼ਦੂਰਾਂ ਨੇ ਮੰਗ ਕੀਤੀ ਵੀ ਸਾਡੀਆਂ ਜਿਹੜੀਆਂ ਤਨਖਾਹਾਂ ਦਿੱਤੀਆਂ ਜਾਣ ਤਾਂ ਉਹਨਾਂ ਨੇ ਜੋ ਹੁਣ ਤੱਕ ਮੋਦੀ ਸਰਕਾਰ ਦਾ ਮਜ਼ਦੂਰਾਂ 'ਤੇ ਪਹੁੰਚ ਆ ਵੀ ਇੱਥੇ ਜੋ ਕਿਰਤ ਕਾਨੂੰਨਾ 'ਚ ਸੋਧਾਂ ਕੀਤੀਆਂ ਉਹਦੇ ਦਾਹਤ ਉਹਨਾਂ ਦੇ ਇਹੀ ਆ ਵੀ ਕਾਰਖਾਨਿਆਂ ਦੇ ਵਿੱਚ ਸੰਤਾਂ ਦੇ ਵਿੱਚ ਜਿਹੜੀਆਂ ਜਥੇਬੰਦੀਆਂ ਨਾ ਬਣਨ ਜਿਦੇ ਕਰਕੇ ਇੰਡਸਟਰੀਅਲ ਏਰੀਏ 'ਚ ਕੁੰਡਲੀ ਦੇ 'ਚ ਉਹਨਾਂ ਨੇ ਆਪਦੀ ਇੱਕ ਗੁੰਡਾ ਫੋਰਸ ਰੱਖੀ ਹੋਈ ਹੈ ਜਦੋਂ ਕਿ ਤੇ ਮਜ਼ਦੂਰ ਉੱਥੇ ਆਪਦੀਆਂ ਮੰਗਾਂ ਦੇ ਖਾਤਰ ਕੋਈ ਧਰਨਾ ਵਜਾਰਾ ਕਰਦੇ ਆ ਤਾਂ ਉਹ ਗੁੰਡਾ ਫੋਰਸ ਆ ਜਿਹੜੀ ਉਹਨਾਂ ਨੂੰ ਉੱਥੋਂ ਕੁੱਟਦੀ ਆ ਮਾਰਦੀ ਆ ਭਜਾਉਂਦੀ ਆ ਇਸ ਸਮੇਂ ਦੌਰਾਨ ਜਦੋਂ ਧਰਨਾ ਲਾ ਕੇ ਬੈਠੇ ਸੀ ਉਹ ਧਰਨਾ ਉਹਨਾਂ ਦਾ ਸ਼ਾਂਤਮਈ ਸੀ ਨੋਦੀਪ ਕੌਰ ਜਿਹੜੀ ਇਹ ਕੁੜੀ ਆ ਉਹ ਉੱਥੇ ਬਲਾਰਾ ਸਟੇਜ ਤੇ ਬੋਲ ਰਹੀ ਸੀ ਉਦੋਂ ਕੀ ਵਾਪਰਦਾ ਵੀ ਉਹ ਗੁੰਡਾ ਉਹਨਾਂ ਤੇ ਆ ਕੇ ਹਮਲਾ ਕਰਦੇ ਆ ਸ਼ਾਇਦ ਪੁਲਿਸ ਵਾਲੇ ਛਡਾਉਣ ਦੀ ਕੋਸ਼ਿਸ਼ ਕਰਦੇ ਆ ਤੇ ਉਹ ਗੁੰਡੇ ਨਾਲੇ ਪੁਲਿਸ ਵਾਲਿਆਂ ਨੂੰ ਕੁੱਟਦੇ ਤੇ ਨਾਲੇ ਇਹਨਾਂ ਦੇ ਸਾਰੇ ਇਕੱਠ ਨੂੰ ਭਜਾਉਂਦੇ ਤੇ ਉਥੋਂ ਨੋਦੀਪ ਕੌਰ ਜਿਹੜੀ ਭਾਸ਼ਣ ਦੇ ਰਹੀ ਹੁੰਦੀ ਆ ਉਹਨੂੰ ਪੁਲਿਸ ਜ਼ਬਰੀ ਫੜ ਕੇ ਲੈ ਜਾਂਦੀ ਆ ਤੇ ਉਹਦੇ ਤੇ ਥਾਣੇ ਦੇ ਵਿੱਚ ਵੀ ਬਹੁਤ ਹੀ ਭੈੜਾ ਤਸ਼ੱਦਦ ਜਿਹੜਾ ਦੱਸਿਆ ਨਹੀਂ ਜਾ ਸਕਦਾ ਇੰਨਾ ਭੈੜਾ ਤਸ਼ੱਦਦ ਕਰਦੇ ਆ ਅਸੀਂ ਸਮਝਦੇ ਆ ਵੀ ਜੋ ਮੋਦੀ ਸਰਕਾਰ ਦੀ ਦਲਤਾ ਪ੍ਰਤੀ ਪਹੁੰਚਾ ਮਨੁਸਮ੍ਰਿਤੀ ਜਿਹੜੀ ਲਾਗੂ ਕਰਨਦੀ ਆ ਵੀ ਦਲਤ ਜਿਹੜੇ ਇਹ ਗੁਲਾਮ ਹੀ ਹੋਣੇ ਚਾਹੀਦੇ ਆ ਇਹ ਉਸੇ ਦਾ ਹੀ ਏਜੰਡਾ ਏ ਕਿ ਮਜ਼ਦੂਰ ਆਵਾਜ਼ ਆਪ ਦੀ ਉਠਾਉਣਾ ਇਹ ਗੁਲਾਮ ਕਰਨ ਵਾਸਤੇ ਰੱਖਣਾ ਚਾਹੁੰਦੇ ਆ ਇਸੇ ਤਹਿਤੀ ਸਾਡੀ ਜਿਹੜੀ ਕੁੜੀ ਹੈ ਅਨੋਦੀਪ ਕੌਰ ਉਹਨੂੰ ਉਹਨਾਂ ਨੇ ਹਰਿਆਣੇ ਦੀ ਪੁਲਿਸ ਨੇ ਫੜ ਕੇ ਜਿਹੜਾ ਸੋਨੀਪੱਤ ਦੀ ਜੇਲ੍ਹ ਚ ਬੰਦ ਕੀਤਾ ਹੋਇਆ ਹੈ ਇੱਕ ਤਾਂ ਵੀ ਕੁਝ ਤਰਾਵਾਂ ਲੱਗੀਆਂ ਨੇ ਜਿਹੜੀਆਂ ਕੀ ਤਰਾਵਾਂ ਲੱਗੀਆਂ ਕੁਝ ਹੈ ਨ ਦੋ ਤਰਾਵਾਂ ਤਾਂ ਹੈਗੀਆਂ ਜੀ 148 149 323 ਤੇ 307 ਲਾਈ ਹੈ ਦੋ ਪਰਚੇ ਹੋਏ ਤੇ ਐਫ ਆਰ ਆਈਆਂ ਇੱਕ ਚ 349 ਬੀ ਤੇ 354 ਲਾਈ ਹੋਈ ਹੈ ਕੀ ਕਾਰਨ ਹੈ ਹੁਣ ਤੱਕ 20 ਵੀ ਨਹੀਂ ਹੋਸੀ ਜੇ ਬੇਲ ਦੀ ਗੱਲ ਕਰਨੀ ਹੋਵੇ ਜੀ ਕਿਉਂਕਿ ਜੇ ਇਸ ਪਰਿਵਾਰ ਦੀ ਗੱਲ ਕਰਨੀ ਹੋਵੇ ਜਦੋਂ ਪਹਿਲਾਂ ਗੰਧੜ ਕਾਂਡ ਵਾਪਰਿਆ ਸੀ ਇਥੋਂ ਪਿੰਡ ਦੇ ਜ਼ਗੀਰਦਾਰਾਂ ਦੇ ਮੁੰਡਿਆਂ ਨੇ ਕੁੜੀ ਨਾਲ ਮਿਹਦੂਰਾਂ ਦੀ ਨਾਲ ਰੇਪ ਕੀਤਾ ਸੀ ਉਦੋਂ ਇਸ ਨੋਦੀਪ ਕੁੜੀ ਦੀ ਮਾਤਾ ਉਸ ਸੰਘਰਸ਼ ਚ ਸਾਹ ਦਿੰਦੀ ਰਹੀ ਆ ਤੇ ਉਹ ਉੱਥੇ ਬਠਿੰਡੇ ਵਾਲੇ ਆਈਜੀ ਦੇ ਧਰਨੇ ਚ 15 20 ਦਿਨ ਜੇਲ੍ਹ ਕੱਟ ਕੇ ਆਏ ਆ ਤੇ ਇਹ ਪਰਿਵਾਰ ਪਹਿਲਾਂ ਤੋਂ ਸੰਘਰਸ਼ੀਲ ਪਰਿਵਾਰ ਆ ਤੇ ਕਿਉਂਕਿ ਇਹ ਸਰਕਾਰ ਨੂੰ ਮੋਦੀ ਸਰਕਾਰ ਨੂੰ ਸ਼ਿੰਗਾਰਚ ਕਰਨ ਵਾਲੇ ਲੋਕ ਫੁੱਟੀ ਅੱਖ ਨਹੀਂ ਪਾਉਂਦੇ ਕਿਉਂਕਿ ਉਹਨਾਂ ਦਾ ਹਿੰਦੂਤਵਾ ਏਜੰਡੇ ਨੂੰ ਲਾਗੂ ਕਰਨ ਵਾਸਤੇ ਉਹ ਹਰ ਤਰ੍ਹਾਂ ਦੇ ਵਿਰੋਧ ਨੂੰ ਦਬਾਉਣਾ ਚਾਹੁੰਦੇ ਨੇ ਹੁਣ ਆਪਾਂ ਦੇਖਦੇ ਹਾਂ ਕਿ ਕਿਸਾਨੀ ਘੋਲ ਨੂੰ ਦਬਾਉਣ ਵਾਸਤੇ ਕਿਵੇਂ ਉਹ ਫਿਰਕੂ ਪੱਤਾ ਵਰਤ ਰਹੇ ਆ ਕਿ ਖਾਲਿਸਤਾਨੀ ਆ ਤਾਂ ਕਿ ਧਰਮਾਂ ਦੇ ਨਾਂ ਤੇ ਲੋਕਾਂ ਨੂੰ ਲੜਾ ਦਿੱਤਾ ਜਾਵੇ ਅਸੀਂ ਇਹ ਸਮਝਦੇ ਹਾਂ ਕਿ ਮੋਦੀ ਸਰਕਾਰ ਆਪ ਦੇ ਖਿਲਾਫ ਉੱਠਣ ਵਾਲੀ ਜਮਹੂਰੀ ਹੱਕਾਂ ਦੀ ਹਰ ਆਵਾਜ਼ ਨੂੰ ਦਬਾਉਣ ਵਾਸਤੇ ਲੱਗੀ ਹੋਈ ਹੈ ਇਸ ਤੋਂ ਪਹਿਲਾਂ ਆਪਾਂ ਦੇਖਿਆ ਗੌਤਮ ਨਵਲਖੇ ਵਰਗੇ ਵਰਵਰਾ Rao ਵਰਗੇ ਜਿਹੜੇ ਬੁੱਧੀਜੀਵੀ ਆ ਉਹਨਾਂ ਨੇ ਨਜਾਇਜ਼ ਤੌਰ ਤੇ ਹਰਾਸਚ ਰੱਖੇ ਹੋਏ ਆ ਉਸੇ ਗੜੀ ਤਹਿਤੀ ਲੋਕਾਂ ਦੀ ਆਵਾਜ਼ ਨੂੰ ਬੰਦ ਕਰਨ ਵਾਸਤੇ ਇਹ ਨੋਦੀਪਕੌਰ ਨੂੰ ਜਿਹਨਾਂ ਨੂੰ ਜੇਲ੍ਹ ਚ ਧੜਿਆ ਹੋਇਆ ਹੈ ਪਰ ਅਸੀਂ ਆਪਦੀ ਪੰਜਾਬ ਖੇਤ ਮਜ਼ਦੂਰੀ ਯੂਨੀਅਨ ਵੱਲੋਂ ਤੇ ਹੋਰ ਜਥੇਬੰਦੀਆਂ ਵੱਲੋਂ ਇਹਨਾਂ ਦੇ ਇਸ ਜ਼ਬਰ ਦੇ ਖਿਲਾਫ ਆ ਜਿਹੜਾ ਉਹ ਲਗਾਤਾਰ ਲੜਦੇ ਰਹਾਂਗੇ ਕੱਲ ਨੂੰ ਇਹਦੇ ਖਿਲਾਫ ਪੰਜਾਬ ਖੇਤ ਮਜ਼ਦੂਰੀ ਯੂਨੀਅਨ ਵੱਲੋਂ ਮੁਕਸਰ ਸ਼ਹਿਰ ਦੇ ਵਿੱਚ ਨੋਦੀਪਕੌਰ ਨੂੰ ਰਿਹਾ ਕਰਨ ਵਾਸਤੇ ਜਿਹੜਾ ਮੁਜ਼ਾਹਰਾ ਕੀਤਾ ਜਾਣਾ ਹੈ ਉਹ ਅਸੀਂ ਵੱਡੇ ਪੱਧਰ ਤੇ ਸਮੂਹ ਜਥੇਬੰਦੀਆਂ ਨੂੰ ਅਪੀਲ ਕਰਦੇ ਆਂ ਕਿ ਉਹ ਸਮਝਾਰੇ ਵਿੱਚ ਸ਼ਾਮਲ ਹੋਣ ਤਾਂ ਜੋ ਆਪਾਂ ਇਸ ਬੱਚੀ ਨੂੰ ਇਨਸਾਫ ਦਿਵਾਉਣ ਵਾਸਤੇ ਅਗਲਾ ਸੰਘਰਸ਼ ਹੈ ਜਿਹੜਾ ਉਹ ਵਿਢ ਸਕੇ। ਸ਼ਰੀਫ ਮੁਕੱਤਸਰ ਸਾਹਿਬ ਤੋਂ ਤਰਸੀਮ ਦੀ ਖਾਸ ਰਿਪੋਰਟ